हेलो गाइस, सत श्री अकाल जी। वेलकम बैक टू आवर यूट्यूब चैनल लकी आर वी व्लॉग। मैं हाँ लकी, ते मैं हाँ थोड़ा अपना विक्रमजीत सिंह। ते असी लेके आए हैं फिर एक नवी रिएक्शन वीडियो ओनर बाय बब्बू मान जी। काफी फरमाइश सी इस सॉन्ग दी, इस लाइव शो दी। हाँ जी। स्पेशल फरमाइश आई सी मालवे वाले वीर जी दी। मालवे वाले वीर जी, तुहाडी फरमाइश नूं अज करन लगे पूरा नार सॉन्ग दे उत्ते बना के रिएक्शन वीडियो करदे आ। वीडियो नूं स्टार्ट ते वीडियो नूं स्टार्ट करन तों पहले अगर साडे यूट्यूब चैनल दे नवे हो तो प्लीज़ साडे चैनल नूं सबसक्राइब जरूर करियो, नाल दी नाल बैल आइकन नूं प्रेस करियो तां कि साडे आने वाले वीडियोज़ दे नोटिफिकेशन्स तुहानूं मिलन सब तों पहले। ना दूजी गल तुसीं वीडियो नूं पूरा वॉच करिया जे प्लीज़, तां ही सानूं वीडियो बनाउण दा मज़ा आएगा, तुहानूं देखण दा मज़ा आएगा। तुसीं पूरा वीडियो नूं एंजॉय करिया जे, लास्ट तक करदे आ हुण वीडियो नूं स्टार्ट। हाँ जी। आंदी है हेल्पर ले जनरल हाँ जी ठीक है ठीक है ओके। ਕਿੰਨਾ ਕਰ ਉੜੇ म्यूजिक कितना वधिया है ना। बारे में चुम हो रहा है।
ਕਿੰਨੀ ਦੁਨੀਆ ਬਚੀ ਹੋਈ ਹੈ, ਕਮਾਲ ਹੋ ਗਈ ਹੈ। ਗਾਣਾ ਵਧੀਆ ਹੈਗਾ ਵੀ, ਹੈ ਨਾ, ਰੋਮਾਂਟਿਕ ਜਿਹਾ ਸੌਂਗ ਹੈ।
ख्याल रखो। हाँ जी, ए सी नार बाय बब्बू मान जी इन दिड़बा 2020 लाइव शो तुहानू किवें लग्या कमेंट करके दसो, तो तुहानू किवें लग्या तुसी हुणे दसो। हाँ जी, नहीं सानू तां बहुत अच्छा लग्या, हालांकि काफ़ी रोमांटिक सोंग सी। सारे सोंग अच्छे होंगे, लेकिन यह थोड़ा अलग टोन सी, अलग टोन में सी, थोड़ा रोमांटिक टाइप सोंग सी, थोड़ा नोक झोंक वाला, लिरिक्स वधिया सी, म्यूजिक भी वधिया सी। हाँ जी, जिन्हें भी म्यूजिशियन सन इस स्टेज पे सारे वधिया सी, स्पेशली वो ढोल वाला बंदा ढोली जिन्हें स्टार्टिंग में बड़ा वधिया ढोल बजाया, तो बब्बू मान ने शानदार डांस किया, वो ढोली भी वधिया सी। हाँ जी, तो सानू तो बहुत वधिया लगी, और सोंग दी स्टार्टिंग बड़ी शानदार सी है ना। इतने वो गल याद आती है कि अखाड़िया का कट दसदा कौन किन्ने कु पानी च मुटे आ रहे, वाकई बब्बू मान दे शो ते लगदा पता कि कौन किन्ने पानी च हैगा। हाँ जी, इन्ना ही इकट्ठ है दिड़बा 2020 च, वैसे भी इकट्ठ पूरा हुंदा ही रहता ही है, हर 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 दिड़बा कोई भी होवे, कबड्डी कप विच खण ते हुंदा ना, केड़े पिंड च दिड़बा विच, दिड़बा शायद पिंड नाम ही है, ते दिड़बा शो ये होया, ते जिन्ने भी दिड़बे ने 7 दा होवे, 2000 दा होवे, 2010 दा होवे, 20 दा होवे, ਸਾਰੇ ਦਿੜਵੇ ਵਿੱਚ ਐਵੇਂ ਹੀ ਕਰਾਊਡ ਹੁੰਦਾ ਹੈ। ਹਾਂ ਜੀ, ਇੰਨੇ ਫੈਨਸ ਨੇ ਬੱਬੂ ਮਾਨ ਸਾਹਿਬ ਜੀ ਦੇ, ਇੰਨਾ ਸੁਣਨ ਨੂੰ ਉਹਨਾਂ ਨੂੰ ਪੂਰਾ ਪਿੰਡ ਹੀ ਪਿੰਡ, ਪੂਰਾ ਪਿੰਡ ਪਿੰਡ ਆ ਜਾਂਦਾ ਹੈਗਾ। ਹਾਂ ਜੀ, ਹਾਂ ਜੀ, ਬਿਲਕੁਲ। ਅਤੇ ਬਾਕੀ ਬੜਾ ਮਜ਼ਾ ਆਇਆ ਇਸ ਸ਼ੋਅ ਨੂੰ ਵੇਖ ਕੇ ਨਾ, ਇੱਕ ਗੱਲ ਹੋਰ ਯਾਦ ਆ ਗਈ ਕਿ ਬੱਬੂ ਮਾਨ ਜੀ ਵਾਸਤੇ ਇੱਕ ਛੋਟਾ ਜਿਹਾ ਸ਼ੇਰ ਮੇਰੇ ਵੱਲੋਂ ਕਿ ਕਾਟੋਂ ਫੁੱਲਾਂ 'ਤੇ ਮਾਨ ਸਾਹਿਬ ਬੁੱਲਾਂ 'ਤੇ, ਕਿਉਂਕਿ ਉਹਨਾਂ ਦੇ ਸਾਰੇ ਗਾਣੇ ਸਾਡੇ ਬੁੱਲਾਂ 'ਤੇ ਬਿਲਕੁਲ ਰੱਟੇ ਪਏ ਨੇ, ਸਾਨੂੰ ਜਿਵੇਂ ਹੀ ਗਾਣਾ ਚੱਲਦਾ ਨਾਲ ਦੀ ਨਾਲ ਬੁੱਲ ਆਪਣੇ ਆਪ ਹਿਲਦੇ ਨੇ, ਆਪਣੇ ਆਪ ਗਾਣਾ ਆਉਂਦਾ ਯਾਦ ਹੈ ਨਾ। ਹਾਂਜੀ, ਬਿਲਕੁਲ। ਅਤੇ ਉਸ ਕਰਕੇ ਕਾਟੋ ਫੁੱਲਾਂ 'ਤੇ ਅਤੇ ਮਾਨ ਸਾਹਿਬ ਬੁੱਲਾਂ 'ਤੇ ਜੋ ਗਾਣਾ ਹੈ, ਜੋ ਲਾਈਨ ਹੈ ਨਾ, ਉਹਨਾਂ 'ਤੇ ਪਰਫੈਕਟ ਬੈਠਦੀ ਹੈ। ਅਤੇ ਇੰਸਟਰੂਮੈਂਟ ਵਾਈਜ਼ ਸਾਰੇ ਬੰਦੇ ਜਿੰਨੇ ਵੀ ਸੀ ਇਹਨਾਂ ਦੀ ਟੀਮ ਦੇ ਸਾਰੇ ਵਧੀਆ। ਅਤੇ ਇੱਕ ਗੱਲ ਹੋਰ ਤੁਸੀਂ ਵੇਖੀ ਹੋਏਗੀ ਕਿ ਬੱਬੂ ਮਾਨ ਜੀ ਨੇ ਜੋ ਬੰਦੇ ਸਟੇਜ 'ਤੇ ਖੜ੍ਹੇ ਸੀ ਉਹਨਾਂ ਨੂੰ ਨੀਚੇ ਭੇਜਿਆ, ਤਾਂ ਕਿ ਜਾ ਕੇ ਤੁਸੀਂ ਪ੍ਰਸ਼ਾਸਨ ਦੀ, ਪੁਲਿਸ ਪ੍ਰਸ਼ਾਸਨ ਦੀ ਹੈਲਪ ਕਰੋ, ਜੋ ਵੀ ਉੱਥੇ ਕਰਾਊਡ ਹੈ ਉਹਨੂੰ ਮੈਨੇਜ ਕਰੋ, ਤਾਂ ਕਿ ਕੋਈ ਵੀ ਕੁਛ ਗਲਤ ਕੰਮ ਨਾ ਹੋਵੇ, ਹੈ ਨਾ। ਗੁੱਡ ਜੋਬ ਸੀ। ਹਾਂ, ਇਸੇ ਕਰਕੇ ਬੱਬੂ ਮਾਨ ਜੀ ਨੂੰ ਸਾਰੇ ਲੋਕ ਪਸੰਦ ਕਰਦੇ ਨੇ, ਕਿਉਂਕਿ ਤੁਸੀਂ ਵੇਖਿਆ ਹੋਵੇਗਾ ਬਾਕੀ ਸ਼ੋਅ ਵਿੱਚ ਐਵੇਂ ਦਾ ਵੇਖਣ ਨੂੰ ਨਹੀਂ ਮਿਲਦਾ ਕਿ ਕੋਈ ਵੀ ਸਿੰਗਰ ਆਪਣੀ ਟੀਮ ਦੇ ਬੰਦਿਆਂ ਨੂੰ ਜਾਂ ਫਿਰ ਸਟੇਜ 'ਤੇ ਜੋ ਬੰਦੇ ਖੜ੍ਹੇ ਨੇ ਉਹਨਾਂ ਨੂੰ ਇਹ ਕਹਿਣ ਕਿ ਤੁਸੀਂ ਜਾ ਕੇ ਉਹਨਾਂ ਦੀ ਹੈਲਪ ਕਰੋ ਪ੍ਰਸ਼ਾਸਨ ਦੀ। ਇਸੇ ਬੱਬੂ ਮਾਨ ਜੀ ਵਰਗੇ ਸਿੰਗਰ ਹੀ ਐਵੇਂ ਦੀ ਗੱਲਾਂ ਕਰ ਸਕਦੇ ਨੇ। ਹਾਂਜੀ, ਬਿਲਕੁਲ। ਓਵਰਆਲ ਮਜ਼ਾ ਆਇਆ, ਬਹੁਤ ਵਧੀਆ ਸੀ ਡਾਂਸ ਬੱਬੂ ਮਾਨ ਜੀ ਦਾ। ਹਾਂਜੀ, ਬਿਲਕੁਲ ਸ਼ਾਨਦਾਰ, ਹਮੇਸ਼ਾ ਦੀ ਤਰ੍ਹਾਂ, ਚਾਹੇ ਉਹ ਨਿੱਕੇ ਨਿੱਕੇ ਸਟੈਪ ਕਰਦੇ ਨੇ ਬਟ ਉਹ ਸਟੈਪ ਵੀ ਅੱਛੇ ਲੱਗਦੇ ਨੇ ਉਹਨਾਂ 'ਤੇ, ਸਟੈਪ ਉਹਨਾਂ ਦੇ ਇੱਕਦਮ ਕਲੀਨ ਹੁੰਦੇ ਨੇ, ਬੰਦਾ ਜੇ ਕੋਪੀ ਕਰਨਾ ਚਾਹੀਦਾ ਬੜੀ ਈਜ਼ੀਲੀ ਕੋਪੀ ਕਰ ਸਕਦਾ, ਅਤੇ ਮਜ਼ਾ ਆਇਆ ਸੁਣ ਕੇ। ਹਾਂਜੀ, ਬਾਕੀ ਐਸੇ ਸਾਡਾ ਵੀਡੀਓ, ਸਾਡਾ ਰਿਐਕਸ਼ਨ, ਬਾਕੀ ਤੁਸੀਂ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਿਆ, ਔਰ ਕਰਦੇ ਵੀਡੀਓ ਨੂੰ ਰੈਪ ਕਰਦੇ ਹਾਂ, ਮਿਲਦੇ ਹਾਂ ਇੱਕ ਅਗਲੀ ਨਵੀਂ ਵੀਡੀਓ 'ਚ, ਅਤੇ ਤੁਸੀਂ ਕਰੋ ਇੰਸਟਾਗ੍ਰਾਮ 'ਤੇ ਫੋਲੋ, ਇੰਸਟਾਗ੍ਰਾਮ 'ਤੇ ਕਰੋ DM, ਰਿਕੁਐਸਟ ਅਸੀਂ ਹਰ ਵਾਰ ਕਰਦੇ ਹਾਂ ਬਟ ਜੋ ਸਾਡੀ ਔਡੀਅੰਸ ਹੈ ਸ਼ਾਇਦ ਕਮੈਂਟ ਕਰਨਾ ਜ਼ਿਆਦਾ ਪਸੰਦ ਕਰਦੀ ਹੈ, ਇਸੇ ਕਰਕੇ ਕਮੈਂਟਾਂ 'ਚ ਉਹਨਾਂ ਦੇ ਕਾਫੀ ਕਮੈਂਟ ਆਉਂਦੇ ਨੇ, ਕਾਫੀ ਫਰਮਾਇਸ਼ਾਂ ਆਉਂਦੀਆਂ ਨੇ, ਬਟ ਪਲੀਜ਼ ਇੰਸਟਾਗ੍ਰਾਮ 'ਤੇ ਵੀ ਫੋਲੋ ਕਰੋ, ਇੰਸਟਾਗ੍ਰਾਮ 'ਤੇ ਵੀ DM ਕਰੋ, ਅਤੇ ਕਰਦੇ ਹਾਂ ਵੀਡੀਓ ਨੂੰ ਰੈਪ, ਮਿਲਦੇ ਹਾਂ ਇੱਕ ਅਗਲੀ ਨਵੀਂ ਵੀਡੀਓ 'ਚ, ਟਿਲ ਦੈਨ ਬਾਏ, ਟੇਕ ਕੇਅਰ, ਰੱਬ ਰੱਖਾ।